ਚੌਧਰੀ ਸਾਹਿਬ ਮੈਂ ਤੁਹਾਨੂੰ ਸਮਝਾਉਣਾ ਵਾ ਕਿ ਲੌਜਿਕ ਕੀ ਹੁੰਦਾ ਹੈ। ਦੱਸ ਕਾਕਾ ਮੈਨੂੰ ਦੱਸ ਕੀ ਹੈ ਲੌਜਿਕ। ਇਹ ਤੁਹਾਡੇ ਘਰ ਕੁੱਤਾ ਹੈ ਵੇ? ਹਾਂ ਨਸਲੀ ਕੁੱਤਾ ਰੱਖਿਆ ਸੀ, ਨਸਲੀ ਕੁੱਤਾ। ਤੇ ਫਿਰ ਤੇ ਤੁਹਾਡਾ ਘਰ ਵੀ ਬਹੁਤ ਵੱਡਾ ਹੋਵੇਗਾ। ਤੈਨੂੰ ਕਿਵੇਂ ਹੈਗਾ ਵੱਡਾ ਘਰ, ਕਿਹਨੂੰ ਕਿਵੇਂ ਪਤਾ? ਚੌਧਰੀ ਸਾਹਿਬ ਫਿਰ ਤੁਹਾਡੇ ਕੋਲ ਤਾਂ ਪੈਸਾ ਵੀ ਬੜਾ ਹੋਣਾ। ਬੜਾ ਪੈਸਾ, ਬੜਾ ਪੈਸਾ, ਭਣੀਆਂ ਪਈਆਂ ਤੇ ਜੋੜੀਆਂ। ਤੇ ਇਹਦਾ ਮਤਲਬ ਹੈ ਫਿਰ ਤੁਹਾਡੀ ਤਰਬੀਅਤ ਵੀ ਚੰਗੀ ਹੋਈ ਹੈ। ਹਾਂ ਸ਼ੁਕਰ ਆ। ਚੌਧਰੀ ਸਾਹਿਬ ਇੱਥੋਂ ਪਤਾ ਚੱਲਦਾ ਹੈ ਕਿ ਤੁਹਾਡੀ ਵਾਲਦਾ ਹਜ਼ੂਰ ਇੱਕ ਅੱਛੀ ਔਰਤ ਸੀ। ਹਾਂ ਅਲਹਮਦੁਲਿਲਾ ਭਾਈ, ਅੱਲਾ ਜਨਤਾ ਦੇ ਘਰ ਕਰੇ। ਇਹ ਉਂਝ ਤੁਹਾਡੀ ਵਾਲਦਾ ਹਜ਼ੂਰ ਨੂੰ ਕੀ ਹੋਇਆ ਸੀ, ਇਹ ਕਿਵੇਂ ਫੌਤ ਹੋਏ ਨੇ? ਰਾਵੀ ਦੇ ਕਿਨਾਰੇ ਪੁੱਤਰ ਜਾਣਦੇ ਹੀ ਸੀ ਤੇ ਪੈਰ ਫਿਸਲਿਆ ਹੋਊ ਤੇ ਫਿਰ ਦਰਾਏ ਜੇਲਮ 'ਚ ਜਾ ਕੇ ਡਿੱਗੀ ਹੈ। ਚੌਧਰੀ ਸਾਹਿਬ ਕੌਣ ਸੀਗਾ? ਕੋਈ ਨੀ ਮੁੰਡਾ ਆਇਆ ਸੀ ਪੁੱਤ। ਕੀ ਆਉਂਦਾ ਸੀ? ਲੌਜਿਕ ਸਮਝਾਉਣ ਦਿਆ ਸੀ ਕੋਈ। ਲੌਜਿਕ ਕੀ ਹੁੰਦਾ? ਪੁੱਤਰ ਤੇਰੇ ਘਰ ਕੁੱਤਾ ਹੈ ਵਾ? ਨਹੀਂ ਕੁੱਤਾ ਤੇ ਨੀ ਹੈਗਾ। ਇਹਦਾ ਮਤਲਬ ਤੇਰੀ ਮਾਂ ਚੰਗੀ ਔਰਤ ਨਹੀਂ? ਫਿਰ ਆ ਦੁਰ ਲਾਣਾ ਤੁਹਾਡੇ ਤੇ।